ਇਸ ਟਾਈਮ ਖੜ੍ਹੇ ਹਾਂ ਜੀ ਅਸੀਂ ਮੋਗਾ ਮੰਡੀ ਦੇ ਵਿੱਚ, ਅਤੇ ਹਰੇਕ ਮੋਗਾ ਮੰਡੀ ਦੀ ਵੀਡੀਓ ਤੁਸੀਂ ਸਾਡੇ ਚੈਨਲ 'ਤੇ ਦੇਖ ਸਕਦੇ ਹੋ। ਅਤੇ ਅੱਜ ਫਿਰ ਅਸੀਂ ਇੱਕ ਵਾਰੀ ਪਹੁੰਚੇ ਹਾਂ। ਅੱਜ ਹੈਗੀ ਆ ਤਰੀਕ 10 ਅਪ੍ਰੈਲ 2022, ਅਤੇ ਅੱਜ ਆਪਾਂ ਤੁਹਾਨੂੰ ਜਿਹੜੇ ਅੱਜ ਦੇ ਟਰੈਕਟਰ ਆਏ ਆ ਮੰਡੀ ਦੇ ਵਿੱਚ ਸਾਰਿਆਂ ਬਾਰੇ ਜਾਣਕਾਰੀ ਦੇਵਾਂਗੇ। ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ, ਅਤੇ ਕਰਦੇ ਹਾਂ ਸ਼ੁਰੂ। ਸਭ ਤੋਂ ਪਹਿਲਾਂ ਤਾਂ ਜੀ ਇੱਧਰ ਫਾਰਮ ਟਰੈਕ 60 ਖੜ੍ਹਾ ਜੀ, ਫਾਰਮ ਟਰੈਕ 60 ਆ ਗਿਆ 2006 ਮਾਡਲ, 2,50,000 ਰੁਪਇਆ ਡਿਮਾਂਡ ਆ, ਅਤੇ ਜੰਮੂ ਕਸ਼ਮੀਰ ਦਾ ਨੰਬਰ ਆ। ਅਤੇ ਬਾਕੀ ਮੈਂ ਟਰੈਕਟਰ ਤੁਹਾਨੂੰ ਦਿਖਾ ਦਿੰਦਾ ਸਾਰੇ ਪਾਸਿਆਂ ਤੋਂ, ਦੇਖ ਸਕਦੇ ਹੋ। ਅਤੇ ਇੱਧਰ HMT 6911 ਖੜ੍ਹਾ ਜੀ, ਪੰਜਾਬ ਨੰਬਰ ਟਰੈਕਟਰ ਆ ਵੀਰੇ, 2001 ਮਾਡਲ ਆ, 2,75,000 ਰੁਪਇਆ ਡਿਮਾਂਡ ਆ। ਅਤੇ ਟਾਇਰਾਂ ਟੂਰਾਂ ਵਾਲੇ ਪਾਸੋਂ ਮਗਰਲੇ ਟਾਇਰ ਤਾਂ ਜੀ ਚੰਗੀ ਹਾਲਤ 'ਚ ਆ, ਦੇਖ ਸਕਦੇ ਹੋ ਤੁਸੀਂ। ਅਤੇ ਇੱਧਰ ਖੜ੍ਹਾ ਜੀ ਸਵਰਾਜ 744 FE, 2006 ਮਾਡਲ ਆ, 2,35,000 ਰੁਪਇਆ ਡਿਮਾਂਡ ਆ, ਜੰਮੂ ਕਸ਼ਮੀਰ ਦਾ ਨੰਬਰ ਹੈ ਵੀ ਬਾਈ। ਅਤੇ ਬਾਕੀ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਹਾਲਤ, ਤੁਹਾਡੇ ਕੈਮਰੇ ਫੋਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ। ਅਤੇ ਇੱਧਰ ਸਵਰਾਜ ਖੜ੍ਹਾ ਜੀ, ਸਵਰਾਜ 855 FE, 2015 ਮਾਡਲ ਆ, 4,80,000 ਰੁਪਇਆ ਜਿਹੜੀ ਡਿਮਾਂਡ ਆ ਇਹਦੀ। ਅਤੇ ਮਗਰਲੇ ਟਾਇਰ ਬਿਲਕੁਲ ਨਵੇਂ ਆ ਜੀ, 14928 ਦੇ ਟਾਇਰ ਆ ਪਿਛਲੇ, ਅਤੇ ਬਿਲਕੁਲ ਨਵੇਂ ਟਾਇਰ ਆ, ਦੇਖ ਸਕਦੇ ਹੋ। ਅਤੇ ਮੂਹਰਲੇ ਆਪਾਂ ਕਹਿ ਸਕਦੇ ਹਾਂ ਕਿ 50 ਕੁ ਪੈਸੇ ਟਾਇਰ ਹੋਣਗੇ, ਅਤੇ ਮਗਰਲੇ ਬਿਲਕੁਲ ਨਵੇਂ ਆ। ਅਤੇ ਇੱਧਰ ਖੜ੍ਹਾ ਜੀ ਮਹਿੰਦਰਾ 595 DI ਟਰਬੋ, ਸੁਪਰ ਟਰਬੋ, 2004 ਮਾਡਲ ਆ, 2,66,000 ਰੁਪਏ ਜਿਹੜੀ ਹੈਗੀ ਇਹਦੀ ਡਿਮਾਂਡ ਆ, ਦੇਖ ਸਕਦੇ ਹੋ ਤੁਸੀਂ। ਟਾਇਰਾਂ ਟੂਰਾਂ ਵਾਲੇ ਪਾਸੇ ਚੰਗਾ ਜੀ ਟਰੈਕਟਰ, ਸੋਹਣੀ ਹਾਲਤ ਦੇ ਵਿੱਚ ਆ, ਪੰਜਾਬ ਨੰਬਰ ਹੈ ਜੀ। ਇੱਧਰ ਸਵਰਾਜ ਖੜ੍ਹਾ ਜੀ 744 FE, 2002 ਮਾਡਲ ਆ, 2,68,000 ਰੁਪਇਆ ਡਿਮਾਂਡ ਆ, ਪੰਜਾਬ ਨੰਬਰ 'ਚ ਆ, ਦੇਖ ਸਕਦੇ ਹੋ। ਅਤੇ ਟਾਇਰਾਂ ਟੂਰ ਵਾਲੇ ਪਾਸੇ ਵੀ ਦੇਖ ਲਿਓ ਤੁਸੀਂ, ਬਿਲਕੁਲ ਨਵੇਂ ਟਾਇਰਾਂ 'ਚ ਆ ਜੀ। ਆਸ਼ਾ ਖੜ੍ਹਾ ਜੀ 2003 ਮਾਡਲ ਆ, 1,35,000 ਰੁਪਇਆ ਡਿਮਾਂਡ ਆ। ਅਤੇ ਇੱਧਰ ਸਵਰਾਜ 735 ਖੜ੍ਹਾ ਜੀ, 1996 ਮਾਡਲ ਆ, 1,68,000 ਰੁਪਇਆ ਜਿਹੜੀ ਇਹਦੀ ਡਿਮਾਂਡ ਆ, ਬਾਕੀ ਪੰਜਾਬ ਨੰਬਰ ਹੈ ਜੀ। ਇੱਧਰ ਫਾਰਮ ਟਰੈਕ ਖੜ੍ਹਾ ਜੀ, ਫਾਰਮ ਟਰੈਕ 60 ਆ ਗਿਆ, ਪੰਜਾਬ ਨੰਬਰ ਹੈ ਜੀ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ, ਇਹ ਹੈਗਾ ਜੀ 1999 ਮਾਡਲ ਆ, 2,40,000 ਰੁਪਇਆ ਡਿਮਾਂਡ ਆ, ਅਤੇ ਟਾਇਰ ਤੁਸੀਂ ਦੇਖ ਸਕਦੇ ਹੋ ਜੀ। ਅਤੇ ਇੱਧਰ ਅਰਜਨ ਅਲਟਰਾ 1 ਖੜ੍ਹਾ ਜੀ 605, ਅਤੇ 13 ਜੀ 2013 ਮਾਡਲ ਆ, 4,85,000 ਰੁਪਇਆ ਇਹਦੀ ਡਿਮਾਂਡ ਆ, ਅਤੇ ਬਾਕੀ ਪੰਜਾਬ ਨੰਬਰ ਹੈ ਜੀ। ਅਤੇ ਇੱਧਰ ਖੜ੍ਹਾ ਜੀ ਸੋਨਾਲੀਕਾ DI 60, 2016 ਮਾਡਲ ਆ, 4,70,000 ਰੁਪਇਆ ਡਿਮਾਂਡ ਆ, ਬਾਕੀ ਤੁਹਾਡੇ ਸਾਹਮਣੇ ਹੈ ਜੀ ਟਰੈਕਟਰ। ਅਤੇ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਟਰੈਕਟਰ, ਬਹੁਤ ਸੰਭਾਲ ਕੀਤੀ ਲੱਗ ਰਹੀ ਹੈ। ਮਹਿੰਦਰਾ 475 ਖੜ੍ਹਾ ਜੀ, ਮੋਸਟ ਡਿਮਾਂਡ ਹੈ ਇਸ ਟਰੈਕਟਰ ਦੀ, ਬਹੁਤ ਲੋਕ ਮਹਿੰਦਰਾ ਚਾਹੁੰਦੇ ਆ ਵੀ ਮਹਿੰਦਰਾ ਟਰੈਕਟਰ ਹੋਵੇ ਅਤੇ ਚੰਗੀ ਹਾਲਤ ਦਾ ਹੋਵੇ। 2,25,000 ਡਿਮਾਂਡ ਆ, 2002 ਮਾਡਲ ਆ, ਅਤੇ ਟਾਇਰਾਂ ਟੂਰਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਆਪਣੇ ਹਿਸਾਬ ਨਾਲ। ਬਾਕੀ ਮੈਂ ਟਰੈਕਟਰ ਤੁਹਾਨੂੰ ਦਿਖਾ ਦਿੰਦਾ ਜੀ ਸਾਰੇ ਪਾਸਿਆਂ ਤੋਂ। ਇੱਧਰ 245 DI MIC ਖੜ੍ਹਾ ਜੀ, 2016 ਮਾਡਲ ਹੈ, 3,85,000 ਰੁਪਇਆ ਡਿਮਾਂਡ ਆ, ਪੰਜਾਬ ਨੰਬਰ ਦੇ ਵਿੱਚ ਆ, ਤੁਸੀਂ ਦੇਖ ਸਕਦੇ ਹੋ। ਅਤੇ ਬਿਲਕੁਲ ਨਵੇਂ ਟਾਇਰ ਹੈ ਜੀ, 13,6,28 ਦੇ ਟਾਇਰ ਆ, ਬਾਕੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਹਾਲ। ਇੱਧਰ 9,000 MIC ਖੜ੍ਹਾ ਜੀ, 2017 ਮਾਡਲ ਹੈ, 5,25,000 ਰੁਪਇਆ ਡਿਮਾਂਡ ਹੈ ਜੀ। ਅਤੇ ਬਾਕੀ ਦੇਖ ਸਕਦੇ ਹੋ ਜੀ ਸੋਹਣੀ ਹਾਲਤ ਦੇ ਵਿੱਚ ਆ ਟਰੈਕਟਰ, ਹੋਟਲ ਵਾਲੀ ਛੱਤਰੀ ਲੱਗੀ ਹੋਈ ਹੈ ਜੀ, ਅਤੇ ਦੇਖ ਸਕਦੇ ਹੋ। ਬਾਕੀ ਇੰਡੋ ਫਾਰਮ ਖੜ੍ਹਾ ਜੀ 30-65, 2013 ਮਾਡਲ ਹੈ, 2,00,000
3,25,000 ਰੁਪਈਆ ਡਿਮਾਂਡ ਹੈ ਜੀ। ਪੰਜਾਬ ਨੰਬਰ ਇੱਧਰ ਤੁਹਾਨੂੰ ਮੈਂ ਦਿਖਾਉਣਾ ਜੀ। ਇੱਧਰ ਖੜ੍ਹਾ ਜੀ ਆਪਣਾ ਮਹਿੰਦਰਾ ਵਾਲਿਆਂ ਦਾ ਅਰਜਨ ਅਲਟਰਾ 1 555 DI ਆ ਅਤੇ ਟਾਇਰਾਂ ਟੂਰ ਵਾਲੇ ਪਾਸੇ ਤੁਸੀਂ ਦੇਖ ਲਓ ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਹੈ ਜੀ। ਇਹ ਜੇ ਗੱਲ ਕਰੀਏ ਆਪਾਂ ਇਹਦੀ ਡਿਮਾਂਡ ਵਗੈਰਾ ਦੀ ਤਾਂ ਇਹ ਹੈਗਾ ਜੀ 2017 ਮਾਡਲ ਆ, 5,25,000 ਰੁਪਈਆ ਡਿਮਾਂਡ। ਇੱਧਰ ਟਰੈਕਟਰ ਖੜ੍ਹੇ ਆ ਜੀ, ਆ ਜਾਓ ਮੈਂ ਤੁਹਾਨੂੰ ਦਿਖਾਉਣਾ ਨਾਲ ਦੀ ਨਾਲ। HM 1911 ਆ ਗਿਆ ਵੀਰੇ ਇੱਧਰ, HM 1911 1986 ਮਾਡਲ ਆ, 1,50,000 ਰੁਪਈਆ ਇਹਦੀ ਡਿਮਾਂਡ ਆ। ਬਾਕੀ ਟਰੈਕਟਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ, ਚੰਗੀ ਕੰਡੀਸ਼ਨ ਆ, ਬਾਹਲੀ ਮਾੜੀ ਵੀ ਨਹੀਂ ਕਹਿ ਸਕਦੇ। ਮਹਿੰਦਰਾ B275 ਆ ਗਿਆ ਜੀ DI, ਇਹ ਹੈਗਾ ਜੀ 2001 ਮਾਡਲ ਆ, 2,35,000 ਰੁਪਈਆ ਡਿਮਾਂਡ ਆ। ਬਾਕੀ ਪੰਜਾਬ ਨੰਬਰ ਆ। ਅਤੇ ਇੱਧਰ ਮੈਸੀ ਖੜ੍ਹਾ ਜੀ 245, ਅਤੇ ਬਾਕੀ ਦੇਖ ਸਕਦੇ ਹੋ ਜੀ। ਇਹਦੀ ਜੇ ਗੱਲ ਕਰੀਏ ਤਾਂ 1997 ਮਾਡਲ ਆ, 1,65,000 ਰੁਪਈਆ ਡਿਮਾਂਡ ਆ। ਬਾਕੀ ਤੁਹਾਡੇ ਸਾਹਮਣੇ ਆ ਜੀ। ਅਤੇ ਇੱਧਰ ਮਹਿੰਦਰਾ ਖੜ੍ਹਾ ਜੀ, ਮਹਿੰਦਰਾ ਵਾਲਿਆਂ ਦਾ ਅਰਜਨ ਖੜ੍ਹਾ ਜੀ ਅਲਟਰਾ 1 2011 ਮਾਡਲ ਹੈ, 4,35,000 ਰੁਪਈਆ ਡਿਮਾਂਡ ਆ। ਅਤੇ ਟਾਇਰਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ, ਚੰਗੀ ਹਾਲਤ ਦੇ ਵਿੱਚ ਆ, ਪੰਜਾਬ ਨੰਬਰ ਹੈ ਜੀ। ਅਤੇ ਇੱਧਰ ਮਹਿੰਦਰਾ ਵਾਲਿਆਂ ਦਾ ਅਰਜਨ ਨੋਵੋ ਖੜ੍ਹਾ ਜੀ 605 DI, ਬਿਲਕੁਲ ਨਵੀਂ ਹਾਲਤ ਦੇ ਵਿੱਚ ਆ, 2015 ਮਾਡਲ ਹੈ, 5,60,000 ਰੁਪਈਆ ਦੀ ਡਿਮਾਂਡ ਆ। ਬਾਕੀ ਦੇਖ ਸਕਦੇ ਹੋ ਹੁੱਡ ਵਾਲੀ ਛਤਰੀ ਲੱਗੀ ਹੋਈ ਆ ਉੱਪਰ, ਅਤੇ ਟਰੈਕਟਰ ਬਿਲਕੁਲ ਨਵਾਂ ਹੈ ਜੀ, ਬਹੁਤ ਸੋਹਣੀ ਹਾਲਤ ਦੇ ਵਿੱਚ ਆ। ਇੱਧਰ ਕੁਛ ਕੁ ਟਰੈਕਟਰ ਖੜ੍ਹੇ ਆ, ਮੈਂ ਤੁਹਾਨੂੰ ਇਹ ਵੀ ਦਿਖਾ ਦਾਂ। 3511 ਖੜ੍ਹਾ ਜੀ 1992 ਮਾਡਲ, 1,00,000 ਡਿਮਾਂਡ ਹੈ ਜੀ, ਅਤੇ ਠੀਕ ਆ ਹਾਲਤ ਟਰੈਕਟਰ ਦੀ। ਫਾਰਮ ਟਰੈਕ 60 ਖੜ੍ਹਾ ਜੀ 2005 ਮਾਡਲ ਆ, 2,75,000 ਰੁਪਈਆ ਦੀ ਡਿਮਾਂਡ ਆ। ਅਤੇ ਇਹ ਬਿਲਕੁਲ ਸਾਫ਼ ਹਾਲਤ ਦੇ ਵਿੱਚ ਆ, ਦੇਖ ਸਕਦੇ ਹੋ ਟਾਇਰਾਂ ਟੂਰਾਂ ਦੀ ਮਗਰਲੇ ਟਾਇਰ ਤਾਂ ਨਵੇਂ ਹੈ ਜੀ ਬਿਲਕੁਲ। ਨਿਊ ਹੋਲੈਂਡ 5500 ਖੜ੍ਹਾ ਜੀ 2009 ਮਾਡਲ ਆ, 4,25,000 ਰੁਪਈਏ ਦੀ ਡਿਮਾਂਡ ਆ। ਬਾਕੀ ਤੁਹਾਡੇ ਸਾਹਮਣੇ ਹੈ ਜੀ ਟਰੈਕਟਰ, ਅਤੇ ਸੋਹਣੀ ਹਾਲਤ ਦੇ ਵਿੱਚ ਆ, ਟਾਇਰਾਂ ਟੂਰਾਂ ਦੀ ਹਾਲਤ ਵੀ ਚੰਗੀ ਆ। ਅਤੇ ਇੱਧਰ ਫਾਰਮ ਟਰੈਕ 50 ਖੜ੍ਹਾ ਜੀ 2001 ਮਾਡਲ ਆ, 1,50,000 ਰੁਪਈਆ ਡਿਮਾਂਡ ਆ, ਅਤੇ ਹਿਮਾਚਲ ਪ੍ਰਦੇਸ਼ ਦਾ ਨੰਬਰ ਆ, ਬਾਕੀ ਦੇਖ ਸਕਦੇ ਹੋ ਜੀ। ਅਤੇ ਇੱਧਰ ਸਵਰਾਜ 963 ਖੜ੍ਹਾ ਜੀ, ਬਿਲਕੁਲ ਲੇਟੈਸਟ ਆ, ਅਤੇ ਬਿਲਕੁਲ ਵਧੀਆ ਨਵੇਂ ਟਾਇਰਾਂ ਦੇ ਵਿੱਚ ਆ। ਅਤੇ ਬਾਕੀ ਦੇਖ ਸਕਦੇ ਹੋ ਸੋਹਣੀ ਹਾਲਤ ਆ, 2018 ਮਾਡਲ ਆ, 6,30,000 ਰੁਪਈਏ ਦੀ ਡਿਮਾਂਡ ਆ। ਇੱਧਰ ਇੱਕ ਸੋਨਾਲੀ ਕਾ DI-60 RX ਖੜ੍ਹਾ ਵੀਰੇ, ਇਹ ਤੁਹਾਨੂੰ ਮੈਂ ਇਹਦੀ ਡਿਮਾਂਡ ਦੀ ਗੱਲ ਕਰਾਂ ਤਾਂ ਇਹ ਹੈਗਾ ਜੀ 2017 ਮਾਡਲ ਆ, 5,10,000 ਰੁਪਈਏ ਦੀ ਡਿਮਾਂਡ ਆ। ਆ ਜਾਓ ਮੈਂ ਹੁਣ ਤੁਹਾਨੂੰ ਉੱਧਰ ਚੱਲ ਕੇ ਦੂਜੇ ਟਰੈਕਟਰ ਦਿਖਾਉਣਾ। ਸਵਰਾਜ 855 ਖੜ੍ਹਾ ਜੀ 1998 ਮਾਡਲ ਆ, 2,15,000 ਰੁਪਈਆ ਡਿਮਾਂਡ ਹੈ ਜੀ। ਅਤੇ ਬਾਕੀ ਦੇਖ ਸਕਦੇ ਹੋ ਟਰੈਕਟਰ ਦੀ ਹਾਲਤ ਚੰਗੀ ਹੈ ਜੀ, ਟਾਇਰਾਂ ਟੂਰਾਂ ਦੀ ਹਾਲਤ ਵੀ ਠੀਕ ਆ, ਤੁਹਾਡੇ ਸਾਹਮਣੇ ਹੈ ਜੀ, ਬਾਕੀ ਸੋਹਣੀ ਹਾਲਤ ਦੇ ਵਿੱਚ ਹੈ ਜੀ। ਇੱਧਰ ਸਵਰਾਜ 855 ਖੜ੍ਹਾ ਜੀ, ਸਵਰਾਜ 855 ਇਹ ਹੈਗਾ ਜੀ 2001 ਮਾਡਲ ਆ, 2,75,000 ਰੁਪਈਆ ਡਿਮਾਂਡ ਆ। ਬਾਕੀ ਟਰੈਕਟਰ ਦੀ ਹਾਲਤ ਦੇਖ ਸਕਦੇ ਹੋ, ਪੰਜਾਬ ਨੰਬਰ ਆ ਜੀ, ਅਤੇ ਸੋਹਣੀ ਹਾਲਤ ਦੇ ਵਿੱਚ ਆ ਟਰੈਕਟਰ, ਚੰਗੀ ਹਾਲਤ ਦੇ ਵਿੱਚ। ਅਤੇ ਇੱਧਰ ਖੜ੍ਹਾ ਜੀ ਅਰਜਨ ਅਲਟਰਾ 1 ਮਹਿੰਦਰਾ ਵਾਲਿਆਂ ਦਾ 605 DI ਹੈ ਜੀ, 13 ਮਾਡਲ ਆ, 4,25,000 ਰੁਪਈਆ ਡਿਮਾਂਡ ਆ, ਅਤੇ ਸੋਹਣੀ ਹਾਲਤ ਦੇ ਵਿੱਚ ਆ ਜੀ। ਅਤੇ ਇੱਧਰ ਨਿਊ ਹੋਲੈਂਡ ਖੜ੍ਹਾ ਜੀ 3630, ਅਤੇ ਬਾਕੀ ਦੇਖ ਸਕਦੇ ਹੋ ਜੀ, ਅਤੇ 2014 ਮਾਡਲ ਹੈ, 4,45,000 ਰੁਪਈਆ ਡਿਮਾਂਡ ਹੈ ਜੀ। ਬਾਕੀ ਤੁਹਾਡੇ ਸਾਹਮਣੇ ਹੈ ਜੀ ਟਰੈਕਟਰ। ਅਤੇ ਇੱਧਰ 5310 ਖੜ੍ਹਾ ਜੀ ਜੌਂਡੀਅਰ 5310 ਆ ਜੀ, 2018 ਮਾਡਲ ਆ, 6,25,000 ਰੁਪਈਆ ਡਿਮਾਂਡ ਆ। ਬਾਕੀ ਤੁਹਾਡੇ ਸਾਹਮਣੇ ਹੈ ਜੀ ਸਵਰਾਜ 735 ਖੜ੍ਹਾ ਜੀ FE, ਅਤੇ ਦੇਖ ਸਕਦੇ ਹੋ ਤੁਸੀਂ
ਪੰਜਾਬ ਨੰਬਰ ਹੈ ਜੀ। ਬਾਕੀ ਤੁਸੀਂ ਦੇਖ ਸਕਦੇ ਹੋ ਸੋਹਣੀ ਹਾਲਤ ਦੇ ਵਿੱਚ ਆ, 1993 ਮਾਡਲ ਆ, 1,40,000 ਰੁਪਏ ਦੀ ਡਿਮਾਂਡ ਆ। ਇੱਧਰ ਸਵਰਾਜ 855 ਜੀ, ਬਿਲਕੁਲ ਪੁਰਾਣਾ ਮਾਡਲ ਆ, 1999 ਮਾਡਲ ਆ, 1,40,000 ਰੁਪਏ ਦੀ ਡਿਮਾਂਡ ਆ। ਬਾਕੀ ਤੁਹਾਡੇ ਟਰੈਕਟਰ ਸਾਹਮਣੇ ਆ ਜੀ। ਮਹਿੰਦਰਾ ਖੜਾ ਜੀ, 265 DI, 1999 ਮਾਡਲ ਆ, 1,90,000 ਰੁਪਇਆ ਡਿਮਾਂਡ ਆ, ਅਤੇ ਟਾਇਰਾਂ ਟੂਰਾਂ ਦੀ ਹਾਲਤ ਚੰਗੀ ਪਈ ਹੈ ਜੀ ਟਰੈਕਟਰ ਦੀ। ਬਾਕੀ ਤੁਹਾਡੇ ਸਾਹਮਣੇ ਆ ਜੀ ਸਵਰਾਜ 855 ਖੜਾ ਜੀ। ਇੱਧਰ ਇਹ ਹੈਗਾ ਜੀ ਆਪਣਾ, ਮੈਂ ਤੁਹਾਨੂੰ ਦੇਖ ਕੇ ਦੱਸਦਾ, 1996 ਮਾਡਲ ਹੈ ਜੀ, 1,80,000 ਰੁਪਇਆ ਡਿਮਾਂਡ ਆ। ਬਾਕੀ ਟਾਇਰਾਂ ਟੂਰਾਂ ਦੀ ਹਾਲਤ ਵੀ ਠੀਕ ਆ, ਮੈਂ ਤੁਹਾਨੂੰ ਸਾਰਾ ਦਿਖਾ ਦਿੰਦਾ ਟਰੈਕਟਰ ਸੋਹਣੀ ਹਾਲਤ ਦੇ ਵਿੱਚ ਆ। ਇੱਧਰ ਮਹਿੰਦਰਾ ਖੜਾ ਜੀ, ਮਹਿੰਦਰਾ ਵਾਲਿਆਂ ਦਾ 475 DI ਹੈ ਜੀ, 2011 ਮਾਡਲ ਆ, 3,10,000 ਰੁਪਇਆ ਡਿਮਾਂਡ ਆ, ਪੰਜਾਬ ਨੰਬਰ ਹੈ ਜੀ, ਦੇਖ ਸਕਦੇ ਹੋ। ਅਤੇ ਟਾਇਰਾਂ ਟੂਰਾਂ ਦੀ ਹਾਲਤ ਵੀ ਚੰਗੀ ਹੈ ਜੀ। ਫਾਰਮ ਟਰੈਕ 60 ਇੱਧਰ ਖੜਾ ਜੀ, ਇਹ ਮੈਂ ਤੁਹਾਨੂੰ ਦੇਖ ਕੇ ਦੱਸਾਂ ਤਾਂ 2005 ਮਾਡਲ ਆ, 2,75,000 ਰੁਪਇਆ ਡਿਮਾਂਡ ਆ। ਫਾਰਮ ਟਰੈਕ 60 ਇੱਧਰ ਹੈ ਜੀ, 1999 ਮਾਡਲ ਆ, 2,25,000 ਰੁਪਇਆ ਡਿਮਾਂਡ ਹੈ ਜੀ, ਅਤੇ ਇਹ ਵੀ ਸੋਹਣੀ ਹਾਲਤ ਦੇ ਵਿੱਚ ਆ ਟਰੈਕਟਰ ਤਾਂ। ਇੱਧਰ ਫਾਰਮ ਟਰੈਕ ਹੀ ਇੱਧਰ ਆ 60 ਜੀ, ਇਹ 2011 ਮਾਡਲ ਆ, 3,85,000 ਰੁਪਇਆ ਦੀ ਡਿਮਾਂਡ ਆ। ਅਤੇ ਬਾਕੀ ਟਾਇਰਾਂ ਟੂਰਾਂ ਵਾਲੇ ਪਾਸੇ ਵੀ ਚੰਗਾ ਟਰੈਕਟਰ। ਸਵਰਾਜ ਖੜਾ ਜੀ, ਸਵਰਾਜ 735 FE, ਪੰਜਾਬ ਨੰਬਰ ਦੇ ਵਿੱਚ ਆ, 1994 ਮਾਡਲ ਆ, 1,40,000 ਰੁਪਇਆ ਡਿਮਾਂਡ ਆ। ਬਾਕੀ ਦੇਖ ਸਕਦੇ ਹੋ ਜੀ ਟਰੈਕਟਰ ਦੀ ਹਾਲਤ ਚਾਰੇ ਪਾਸਿਆਂ ਤੋਂ। ਅਤੇ ਇੱਧਰ ਫਾਰਮ ਟਰੈਕ 60 ਖੜਾ ਜੀ, ਡਬਲ ਕਲੱਚ ਹੈ, 1998 ਮਾਡਲ ਆ, 1,80,000 ਰੁਪਇਆ ਡਿਮਾਂਡ ਆ। 855 ਖੜਾ ਜੀ, 2006 ਮਾਡਲ ਆ, 2,90,000 ਰੁਪਇਆ ਡਿਮਾਂਡ ਆ, ਮੂਹਰਲੇ ਟਾਇਰ ਨਵੇਂ ਆ ਜੀ ਬਿਲਕੁਲ। ਫਾਰਮ ਟਰੈਕ 60 ਇੱਧਰ ਖੜਾ ਜੀ, 2003 ਮਾਡਲ ਆ, 2,65,000 ਰੁਪਇਆ ਡਿਮਾਂਡ ਆ, ਬਾਕੀ ਪੰਜਾਬ ਨੰਬਰ ਆ। ਅਤੇ ਟਾਇਰ ਟੂਰ ਮਗਰਲੇ ਟਾਇਰ ਬਿਲਕੁਲ ਨਵੇਂ ਆ ਜੀ, ਮੂਹਰਲੇ ਵੀ ਵਧੀਆ ਹਾਲਤ 'ਚ ਆ। ਫੋਰਡ 3610 ਖੜਾ ਜੀ, 1999 ਮਾਡਲ ਆ, 1,50,000 ਰੁਪਇਆ ਡਿਮਾਂਡ ਆ। ਇੱਧਰ ਵੀ ਫੋਰਡ 3600 ਆ ਗਿਆ ਜੀ, 84 ਮਾਡਲ ਆ, 1984 ਮਾਡਲ ਆ, 1,35,000 ਰੁਪਇਆ ਡਿਮਾਂਡ ਆ ਜੀ, ਅਤੇ ਸੋਹਣੀ ਹਾਲਤ ਦੇ ਵਿੱਚ ਆ, ਠੀਕ ਹਾਲਤ 'ਚ ਆ। ਇੱਧਰ ਬਹੁਤ ਚੰਗੀ ਕੰਡੀਸ਼ਨ ਦਾ ਫਾਰਮ ਟਰੈਕ 60 ਖੜਾ ਹੈ ਜੀ, 2006 ਮਾਡਲ ਆ, 2,80,000 ਰੁਪਇਆ ਡਿਮਾਂਡ ਆ ਜੀ। ਟਾਇਰਾਂ ਟੂਰਾਂ ਵਾਲੇ ਪਾਸੋਂ ਤੁਸੀਂ ਦੇਖ ਸਕਦੇ ਹੋ, ਬਹੁਤ ਸੋਹਣੀ ਹਾਲਤ ਦੇ ਵਿੱਚ ਆ ਜੀ ਟਰੈਕਟਰ, ਬਹੁਤ ਚੰਗੀ ਹਾਲਤ 'ਚ। ਅਰਜਨ ਅਲਟਰਾ 1 ਖੜਾ ਜੀ, ਅਰਜਨ ਅਲਟਰਾ 1, 605 DI ਆ ਗਿਆ ਜੀ, 2010 ਮਾਡਲ ਆ, 3,70,000 ਰੁਪਏ ਦੀ ਡਿਮਾਂਡ ਆ। ਬਾਕੀ ਮੈਂ ਟਰੈਕਟਰ ਤੁਹਾਨੂੰ ਦਿਖਾ ਦਿੰਦਾ ਜੀ ਚਾਰੇ ਪਾਸਿਆਂ ਤੋਂ, ਦੇਖ ਸਕਦੇ ਹੋ। ਬਹੁਤ ਸੋਹਣੀ ਹਾਲਤ ਦੇ ਵਿੱਚ ਹੈ ਜੀ। ਇੱਧਰ ਫੋਰਡ 3600 ਖੜਾ ਜੀ, ਫੋਰਡ 3600 1992 ਮਾਡਲ ਆ, 1,55,000 ਰੁਪਇਆ ਡਿਮਾਂਡ ਆ, ਬਾਕੀ ਪੰਜਾਬ ਨੰਬਰ 'ਚ ਹੈ ਜੀ ਟਰੈਕਟਰ, ਤੁਸੀਂ ਦੇਖ ਸਕਦੇ ਹੋ। ਅਤੇ ਟਾਇਰਾਂ ਟੂਰ ਵਾਲੇ ਪਾਸੇ ਵੀ ਚੰਗਾ ਵਾ ਟਰੈਕਟਰ ਜੀ, ਅਤੇ ਦੇਖ ਸਕਦੇ ਹੋ। ਇੱਧਰ HMT 2511 ਆ ਗਿਆ ਜੀ, HMT 2511 1992 ਮਾਡਲ ਆ, 1,10,000 ਰੁਪਇਆ ਡਿਮਾਂਡ ਆ, ਪੰਜਾਬ ਨੰਬਰ ਹੈ ਜੀ, ਦੇਖ ਸਕਦੇ ਹੋ ਜੀ। ਟਾਇਰਾਂ ਟੂਰਾਂ ਵਾਲੇ ਪਾਸੇ ਠੀਕ ਹਾਲਤ ਦੇ ਵਿੱਚ ਆ, ਟਰੈਕਟਰ ਦੀ ਕੰਡੀਸ਼ਨ ਵੀ ਚੰਗੀ ਹੈ ਜੀ। ਇੱਧਰ ਵੀ ਫਾਰਮ ਟਰੈਕ 60 ਖੜਾ ਜੀ, 1998 ਮਾਡਲ ਆ, 2,25,000 ਰੁਪਇਆ ਡਿਮਾਂਡ ਆ, ਡਬਲ ਕਲੱਚ ਟਰੈਕਟਰ ਆ, ਪੰਜਾਬ ਨੰਬਰ ਹੈ ਜੀ, ਟਾਇਰਾਂ ਟੂਰਾਂ ਵਾਲੇ ਪਾਸੇ ਵੀ ਚੰਗਾ ਵਾ ਟਰੈਕਟਰ, ਤੁਸੀਂ ਦੇਖ ਸਕਦੇ ਹੋ। ਮਹਿੰਦਰਾ ਖੜਾ ਜੀ, 255
1988 ਮਾਡਲ ਆ, 1,25,000 ਰੁਪਈਆ ਡਿਮਾਂਡ ਆ। ਬਾਕੀ ਦੇਖ ਸਕਦੇ ਹੋ ਟਰੈਕਟਰ ਜੀ, ਮਹਿੰਦਰਾ ਵਾਲਿਆਂ ਦਾ ਅਰਜਨ ਅਲਟਰਾ 1 ਖੜ੍ਹਾ ਜੀ ਇੱਧਰ, 605 DI, 2009 ਮਾਡਲ ਆ, 3,75,000 ਰੁਪਈਆ ਡਿਮਾਂਡ ਹੈ ਜੀ। ਬਿਲਕੁਲ ਨਵੇਂ ਟਾਇਰ ਆ ਜੀ, ਦੇਖ ਸਕਦੇ ਹੋ ਮੈਸੀ ਖੜ੍ਹਾ ਜੀ 10-35, ਬਿਲਕੁਲ ਨਵੇਂ ਟਾਇਰ ਹੈ ਜੀ, ਦੇਖ ਸਕਦੇ ਹੋ। 1966 ਮਾਡਲ ਹੈ, 1,75,000 ਰੁਪਈਆ ਡਿਮਾਂਡ। ਇੱਧਰ HMT 6/11 ਖੜ੍ਹਾ ਜੀ, ਬਿਲਕੁਲ ਨਵੀਂ ਹਾਲਤ ਹੈ ਜੀ, ਅਤੇ ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਆ, ਤੁਸੀਂ ਦੇਖ ਸਕਦੇ ਹੋ ਮੂਹਰਲੇ ਟਾਇਰ ਬਿਲਕੁਲ ਨਵੇਂ ਆ, ਬਿਲਕੁਲ ਨਵੇਂ ਟਾਇਰ ਹੈ ਜੀ। 2002 ਮਾਡਲ ਆ, 3,85,000 ਰੁਪਈਆ ਡਿਮਾਂਡ ਆ। ਬਾਕੀ ਪੰਜਾਬ ਨੰਬਰ ਆ ਜੀ। ਸਵਰਾਜ ਖੜ੍ਹਾ ਜੀ, ਸਵਰਾਜ 855, ਇੱਧਰਲੇ ਪਾਸੇ ਪੰਜਾਬ ਨੰਬਰ ਹੈ ਜੀ। ਟਾਇਰਾਂ ਦੀ ਹਾਲਤ ਵੀ ਠੀਕ ਆ, 2011 ਮਾਡਲ ਆ, 3,85,000 ਰੁਪਈਆ ਦੀ ਡਿਮਾਂਡ ਆ। ਬਾਕੀ ਦੇਖ ਸਕਦੇ ਹੋ ਟਰੈਕਟਰ ਟਰੂਕਟਰ ਨੂੰ ਮੈਂ ਸਹੀ ਤਰੀਕੇ ਨਾਲ ਵੀ ਦਿਖਾ ਦਿੰਦਾ। ਗੁੱਡੀਅਰ ਦੇ ਟਾਇਰ ਆ ਜੀ ਪਿਛਲੇ ਵਾਲੇ, ਦੇਖ ਸਕਦੇ ਹੋ। ਸੋਨਾਲੀਕਾ DI 750 ਖੜ੍ਹਾ ਜੀ, 2001 ਮਾਡਲ ਆ, 2,50,000 ਰੁਪਈਆ ਦੀ ਡਿਮਾਂਡ ਆ। ਬਾਕੀ ਪੰਜਾਬ ਨੰਬਰ ਦੇ ਵਿੱਚ। ਮਹਿੰਦਰਾ ਵਾਲਿਆਂ ਦਾ ਅਰਜਨ ਖੜ੍ਹਾ ਜੀ, ਅਰਜਨ ਅਲਟਰਾ 1, 2013 ਮਾਡਲ ਹੈ, 4,87,000 ਰੁਪਈਆ ਡਿਮਾਂਡ ਹੈ ਜੀ, ਅਤੇ ਹੁੱਡ ਹੁੱਡ ਲੱਗੀ ਵੀ ਆ। ਫਾਰਮ ਟਰੈਕ 60 ਖੜ੍ਹਾ ਜੀ, ਫਾਰਮ ਟਰੈਕ 60, 2013 ਮਾਡਲ ਹੈ, 4,17,000 ਰੁਪਈਆ ਜਿਹੜੀ ਹੈਗੀ ਇਹਦੀ ਡਿਮਾਂਡ ਆ। ਬਾਕੀ ਦੇਖ ਸਕਦੇ ਹੋ ਇੱਧਰ ਮਹਿੰਦਰਾ ਖੜ੍ਹਾ ਜੀ, ਮਹਿੰਦਰਾ 575 DI ਹੈ ਜੀ, ਅਤੇ ਇਹ ਹੈਗਾ ਜੀ ਆਪਣਾ 1994 ਮਾਡਲ ਆ, 1,65,000 ਰੁਪਈਆ ਡਿਮਾਂਡ। 1998 ਮਾਡਲ ਸਵਰਾਜ 855 ਖੜ੍ਹਾ ਜੀ, 1,92,000 ਰੁਪਈਆ ਡਿਮਾਂਡ ਆ ਪੰਜਾਬ ਨੰਬਰ ਦੇ ਵਿੱਚ ਆ, ਅਤੇ ਮੂਹਰਲੇ ਟਾਇਰ ਦੀ ਹਾਲਤ ਨਵੀਂ ਹੋਈ ਆ, ਅਤੇ ਮਗਰਲੇ ਟਾਇਰ ਵੀ ਠੀਕ ਹਾਲ 'ਚ। ਤਾਂ ਮਹਿੰਦਰਾ 475 ਖੜ੍ਹਾ ਜੀ DI, ਇਹਦੀ ਜੇ ਆਪਾਂ ਗੱਲ ਕਰੀਏ 1994 ਮਾਡਲ ਆ, 1,70,000 ਰੁਪਈਆ ਡਿਮਾਂਡ। ਫਾਰਮ ਟਰੈਕ 60 ਖੜ੍ਹਾ ਜੀ, ਅਤੇ ਇਹ ਹੈਗਾ ਜੀ 1997 ਮਾਡਲ ਆ, 1,85,000 ਰੁਪਈਆ ਡਿਮਾਂਡ। ਬਾਕੀ ਆਪਾਂ ਉੱਧਰਲੇ ਪਾਸੇ ਤੁਹਾਨੂੰ ਹੋਰ ਟਰੈਕਟਰ ਦਿਖਾਉਣੇ ਆ ਅਤੇ ਰੇਟ ਵਗੈਰਾ ਦੱਸਦੇ ਹਾਂ। ਜੌਂਡੀਅਰ 50-50 D ਖੜ੍ਹਾ ਜੀ ਇੱਧਰਲੇ ਪਾਸੇ, ਦੇਖ ਸਕਦੇ ਹੋ ਬਹੁਤ ਸੋਹਣੀ ਹਾਲਤ ਦੇ ਵਿੱਚ ਆ, ਥੋੜ੍ਹਾ ਬਹੁਤਾ ਮੋਡੀਫਾਈ ਹੋਇਆ ਵਾ, ਅਤੇ ਰਿਮ ਦੇਖ ਸਕਦੇ ਹੋ ਮੂਹਰਲੇ ਟਾਇਰ ਦੇ, ਅਤੇ ਦੇਖ ਸਕਦੇ ਹੋ ਹੁੱਡ ਵਾਲੀ ਛਤਰੀ ਲੱਗੀ ਆ। 2013 ਮਾਡਲ ਆ, 4,60,000 ਰੁਪਈਆ ਡਿਮਾਂਡ ਆ, ਨਾਲ ਦੇ ਟਾਇਰ ਆ ਜੀ ਬਿਲਕੁਲ, ਅਤੇ ਓਰੀਜਨਲ ਟਾਇਰ ਆ, ਓਰੀਜਨਲ ਕੰਡੀਸ਼ਨ ਦੇ ਵਿੱਚ ਆ, ਅਤੇ 4,60,000 ਰੁਪਈਆ ਡਿਮਾਂਡ ਆ, ਪੰਜਾਬ ਨੰਬਰ ਹੈ ਜੀ। 575 ਖੜ੍ਹਾ ਜੀ ਮਹਿੰਦਰਾ ਵਾਲਿਆਂ ਦਾ, 1998 ਮਾਡਲ ਆ, 2,10,000 ਰੁਪਈਆ ਡਿਮਾਂਡ ਹੈ ਜੀ। ਮਗਰਲੇ ਟਾਇਰ ਤਾਂ ਜੀ ਨਵੇਂ ਆ, 13-6/28 ਦੇ ਆ। ਬਾਕੀ ਦੇਖ ਲਓ ਜੀ ਟਰੈਕਟਰ ਬਾਰੇ, ਬਹੁਤ ਸੋਹਣੀ ਹਾਲਤ ਦੇ ਵਿੱਚ ਆ, ਮੈਂ ਮਗਰਲੇ ਪਾਸੇ ਵੀ ਤੁਹਾਨੂੰ ਦਿਖਾ ਦਿੰਦਾ, ਦੇਖ ਸਕਦੇ ਹੋ ਲਿੰਕਾਂ ਲੁੰਕਾਂ ਵੀ ਬਾਈ, ਬਹੁਤ ਵਧੀਆ ਚੰਗੀ ਕੰਡੀਸ਼ਨ ਦੇ ਵਿੱਚ। ਉੱਧਰ ਸੋਨਾਲੀਕਾ ਖੜ੍ਹਾ DI 35, ਮੈਂ ਤੁਹਾਨੂੰ ਉਹ ਦਿਖਾਉਣਾ, ਦੇਖ ਸਕਦੇ ਹੋ 2004 ਮਾਡਲ ਆ, 1,98,000 ਰੁਪਈਆ ਡਿਮਾਂਡ ਆ, ਪੰਜਾਬ ਨੰਬਰ ਆ, ਡਬਲ ਕਲੱਚ ਟਰੈਕਟਰ ਆ ਬਾਈ। HMT 6/11 ਖੜ੍ਹਾ ਵੀਰੇ ਇੱਧਰ, 1988 ਮਾਡਲ ਆ, 1,85,000 ਰੁਪਈਆ ਡਿਮਾਂਡ ਆ, ਬਹੁਤ ਸੋਹਣੀ ਹਾਲਤ ਦੇ ਵਿੱਚ। ਸਵਰਾਜ 724, 1991 ਮਾਡਲ ਆ, 1,10,000 ਰੁਪਈਆ ਡਿਮਾਂਡ ਆ, ਪੰਜਾਬ ਨੰਬਰ ਦੇ ਵਿੱਚ ਹੈ ਜੀ, ਅਤੇ ਦੇਖ ਸਕਦੇ ਹੋ ਟਰੈਕਟਰ ਦੀ ਹਾਲਤ ਬਹੁਤ ਸੋਹਣੀ। ਨੰਬਰ ਬੋਲ ਦਿਓ ਜੀ।
6840 6493 ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਵੀਰ ਨੂੰ ਟਰੈਕਟਰ ਪਸੰਦ ਆਉਂਦਾ ਤਾਂ ਦੇਖ ਸਕਦੇ ਹੋ। HMT 3511 ਖੜਾ ਜੀ, 1992 ਮਾਡਲ ਆ, 1,10,000 ਰੁਪਇਆ ਡਿਮਾਂਡ ਆ। ਜਿਹੜਾ ਨੰਬਰ ਉਹ ਟਰੈਕਟਰ ਦੇ ਲਈ ਬੋਲਿਆ ਸੀਗਾ ਉਹੀ ਨੰਬਰ, ਇਹ ਤਾਂ ਇਹੀ ਸੇਮ ਆ ਅਤੇ ਪੰਜਾਬ ਨੰਬਰ ਦੇ ਵਿੱਚ ਆ, ਦੇਖ ਸਕਦੇ ਹੋ। ਠੀਕ ਹੈ, ਫਾਰਮ ਟਰੈਕ 60 ਖੜਾ ਜੀ ਤੁਹਾਡੇ ਸਾਹਮਣੇ ਆ, ਕੰਡੀਸ਼ਨ ਚੰਗੀ ਹਾਲਤ ਦੇ ਵਿੱਚ ਆ। ਇਹਦਾ ਮਾਡਲ ਵਗੈਰਾ ਮੈਂ ਤੁਹਾਨੂੰ ਦੱਸਦਾ, ਬਾਕੀ ਟਾਇਰਾਂ ਟੂਰਾਂ ਦੀ ਹਾਲਤ ਮੈਂ ਪਹਿਲਾਂ ਤੁਹਾਨੂੰ ਦਿਖਾ ਦਾਂ ਅਤੇ ਚਾਰੇ ਪਾਸੇ ਘੁੰਮ ਕੇ ਮੈਂ ਤੁਹਾਨੂੰ ਟਰੈਕਟਰ ਵੀ ਦਿਖਾ ਦਿੰਦਾ ਅਤੇ ਸਾਰਾ ਟਰੈਕਟਰ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਮੈਂ ਮਾਡਲ ਵਗੈਰਾ ਦੱਸਦਾ, 13628 ਦੇ ਟਾਇਰ ਆ, 1999 ਮਾਡਲ ਆ, 1,99,000 ਰੁਪਇਆ ਪ੍ਰਾਈਜ਼ ਆ। HMT 2511 ਖੜਾ ਜੀ, ਰੰਗ ਰੁੰਗ ਪੂਰਾ ਸੋਹਣਾ ਕੀਤਾ ਵਾ, ਬਹੁਤ ਜੱਜਦਾ ਟਰੈਕਟਰ, 1999 ਮਾਡਲ ਆ, 1,15,000 ਰੁਪਇਆ ਡਿਮਾਂਡ ਆ। ਬਾਕੀ ਪੰਜਾਬ ਨੰਬਰ ਦੇ ਵਿੱਚ ਆ ਟਰੈਕਟਰ ਜੀ। ਸੋਨਾਲੀਕਾ 750 ਖੜਾ ਜੀ, ਸੋਨਾਲੀਕਾ DI 750 2014 ਮਾਡਲ ਆ, 4,30,000 ਰੁਪਇਆ ਡਿਮਾਂਡ ਆ। ਇੱਧਰ ਸਵਰਾਜ ਖੜਾ ਜੀ, 855 ਸਵਰਾਜ FE 2012 ਮਾਡਲ ਆ, 4,65,000 ਰੁਪਇਆ ਡਿਮਾਂਡ ਹੈ ਜੀ। ਬਾਕੀ ਤੁਹਾਡੇ ਸਾਹਮਣੇ ਆ ਕੰਡੀਸ਼ਨ ਟਰੈਕਟਰ ਦੀ, ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਆ ਜੀ, ਦੇਖ ਸਕਦੇ ਹੋ ਬ੍ਰੈਂਡ ਨਿਊ ਟਾਇਰਾਂ ਦੇ ਵਿੱਚ ਆ ਅਤੇ ਕੰਪਨੀ ਦੇ ਟਾਇਰ ਆ BKT ਦੇ, ਇਹ ਵਾ ਮਗਰਲੇ MRF ਦੇ ਆ, ਮੂਹਲੇ BKT ਦੇ। ਇੱਧਰ ਫੋਰਡ 3620 ਖੜਾ ਜੀ, 1994 ਮਾਡਲ ਆ, 2,50,000 ਰੁਪਇਆ ਇਹਦੀ ਜਿਹੜੀ ਡਿਮਾਂਡ ਆ। ਬਾਕੀ ਟਾਇਰਾਂ ਟੂਰਾਂ ਦੀ ਹਾਲਤ ਮੈਂ ਤੁਹਾਨੂੰ ਦਿਖਾ ਦਿੰਦਾ ਜੀ, ਅਤੇ 13628 ਦੇ ਟਾਇਰ ਆ, ਬਾਕੀ ਮੂਹਲੇ ਟਾਇਰ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੇਂ ਟਾਇਰਾਂ 'ਚ ਆ। ਅਤੇ ਨੰਬਰ ਬੋਲ ਦਿੰਦਾ, ਦੱਸੋ ਜੀ ਨੰਬਰ। 98763 7779 ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਜੇ ਫੋਰਡ 3620 ਟਰੈਕਟਰ ਮੰਨ ਲਓ ਕਿ ਜੇ ਕਿਸੇ ਨੂੰ ਪਸੰਦ ਆਉਂਦਾ ਖਰੀਦਣ ਦਾ ਤਾਂ ਕਾਲ ਕਰ ਸਕਦੇ ਹੋ। ਮੈਸੀ ਖੜਾ ਜੀ, 241 DI ਆ, 2000 ਮਾਡਲ ਆ ਅਤੇ ਪੂਰਾ 2,00,000 ਰੁਪਇਆ ਪ੍ਰਾਈਜ਼ ਹੈ ਜੀ ਇਹਦਾ। ਬਾਕੀ ਤੁਹਾਡੇ ਸਾਹਮਣੇ ਆ ਜੀ ਟਰੈਕਟਰ ਬਹੁਤ ਨਵੀਂ ਹਾਲਤ ਦੇ ਵਿੱਚ ਆ। ਸਵਰਾਜ 855 FE ਖੜਾ ਜੀ, ਇੱਧਰ ਪੰਜਾਬ ਨੰਬਰ ਹੈ ਜੀ ਅਤੇ ਟਾਇਰ ਟੂਰ ਬਿਲਕੁਲ ਨਵੇਂ ਆ ਜੀ। 2013 ਮਾਡਲ ਆ, 4,60,000 ਰੁਪਇਆ ਡਿਮਾਂਡ ਆ। ਸੋਨਾਲੀਕਾ DI 60 ਆ ਗਿਆ ਜੀ, 2000 ਮਾਡਲ ਆ, 2,70,000 ਰੁਪਇਆ ਡਿਮਾਂਡ ਆ। ਪਾਵਰ ਸਟੇਅਰਿੰਗ ਹੋਇਆ ਵਾ ਜੀ, ਪੰਜਾਬ ਨੰਬਰ ਆ ਅਤੇ ਬਾਕੀ ਸੋਹਣਾ ਵਾ ਟਰੈਕਟਰ, ਹਾਲਤ ਵਾਲੇ ਪਾਸੇ ਚੰਗਾ ਵਾ, ਪਾਵਰ ਸਟੇਅਰਿੰਗ ਆ। ਇੱਧਰ ਖੜਾ ਜੀ ਆਪਣਾ ਅਰਜਨ ਅਲਟਰਾ 1 605 DI, 2016 ਮਾਡਲ ਆ, 5,35,000 ਰੁਪਇਆ ਜਿਹੜੀ ਇਹਦੀ ਡਿਮਾਂਡ ਆ। ਬਾਕੀ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਹਾਲਤ ਵਗੈਰਾ ਮੈਂ ਤੁਹਾਨੂੰ ਦਿਖਾ ਦਿੰਦਾ ਜੀ, ਸੋਹਣੀ ਹਾਲਤ 'ਚ। ਜੌਨ ਡੀਅਰ ਖੜਾ ਜੀ, 5,510 2016 ਮਾਡਲ ਆ, 6,15,000 ਡਿਮਾਂਡ ਆ, ਪੰਜਾਬ ਨੰਬਰ ਹੈ ਜੀ। ਅਤੇ ਬਾਕੀ ਟਾਇਰਾਂ ਟੂਰਾਂ ਦੀ ਹਾਲਤ ਤੁਹਾਡੇ ਸਾਹਮਣੇ ਆ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਾਇਰ ਆ। ਫਾਰਮ ਟਰੈਕ 60 ਇੱਧਰ ਆ ਗਿਆ ਜੀ, 2008 ਮਾਡਲ ਆ, 3,25,000 ਰੁਪਇਆ ਡਿਮਾਂਡ ਆ ਜੀ। ਅਤੇ ਇੱਧਰ ਸਵਰਾਜ 855 ਖੜਾ ਜੀ, ਨਵੇਂ ਟਾਇਰ ਆ ਜੀ ਬਿਲਕੁਲ, 2001 ਮਾਡਲ ਆ, 2,75,000 ਰੁਪਇਆ ਡਿਮਾਂਡ ਹੈ ਜੀ, 6 ਝਰੀ ਆ ਜੀ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿਲੋ ਸੱਕਰ ਦਾ ਇੰਜਨ ਹੈ ਜੀ। ਇੱਧਰ ਮਹਿੰਦਰਾ 265 DI ਖੜਾ ਜੀ, ਪੰਜਾਬ ਨੰਬਰ ਹੈ ਜੀ। ਅਤੇ ਇਹਦੀ ਜੇ ਆਪਾਂ ਗੱਲ ਕਰੀਏ ਤਾਂ 2006 ਮਾਡਲ ਆ, 2,45,000 ਰੁਪਇਆ ਡਿਮਾਂਡ। ਮਹਿੰਦਰਾ 575 DI ਇੱਧਰ ਖੜਾ ਜੀ, 2001 ਮਾਡਲ ਆ, 2,50,000 ਰੁਪਇਆ ਡਿਮਾਂਡ ਆ, ਡਬਲ ਕਲੱਚ ਹੈ ਜੀ, ਬਾਕੀ ਪੰਜਾਬ ਨੰਬਰ 'ਚ ਆ। ਅਤੇ ਇੱਧਰ ਸਵਰਾਜ ਖੜਾ ਜੀ, ਸਵਰਾਜ 855 2001 ਮਾਡਲ ਹੈ ਜੀ, 2,68,000 ਰੁਪਇਆ ਡਿਮਾਂਡ ਆ, ਚਿੱਪ ਵਾਲੀ ਕਾਪੀ ਹੈ ਜੀ, ਨਾਲ 6 ਝਰੀ ਹੈ ਅਤੇ ਕਿਲੋ ਸਿੱਕਰ ਦਾ ਇੰਜਨ ਹੈ ਜੀ। ਬਾਕੀ ਅੱਜ ਤੁਹਾਨੂੰ ਟਰੈਕਟਰ ਦਿਖਾ ਦਿਆ, ਅੱਜ ਥੋੜ੍ਹੀ ਜਿਹੀ ਮੰਡੀ ਘੱਟ ਲੱਗੀ ਆ,
ਸੋ ਅੱਜ ਆਪਾਂ ਤੁਹਾਨੂੰ ਇੰਨੀ ਕੁ ਟਰੈਕਟਰ ਦਿਖਾਉਣੇ ਹਾਂ ਅਤੇ ਅੱਜ ਦੀ ਵੀਡੀਓ ਖਤਮ ਕਰਦੇ ਹਾਂ। ਜੇ ਕਿਸੇ ਵੀਰ ਨੇ ਐਡ ਵਗੈਰਾ ਲਗਵਾਉਣੀ ਹੁੰਦੀ ਆ ਤਾਂ ਕਾਲ ਕਰ ਲਿਆ ਕਰੋ, ਨੀਚੇ ਮੇਰਾ ਨੰਬਰ ਸ਼ੋ ਹੋ ਰਿਹਾ ਹੋਊਗਾ, ਤੁਹਾਨੂੰ ਉਸ ਨੰਬਰ 'ਤੇ ਸਾਨੂੰ ਫੋਨ ਕਰ ਲਿਆ ਕਰੋ। ਸੋ ਅੱਜ ਦੀ ਵੀਡੀਓ ਖਤਮ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ।